हाँ जी सत श्री अकाल सारे भरावां नूं, की हाल आ, कायम आ जी, होर सुनाओ। ते अज आए सीगे चंचल, अवतार ते गुरप्रीत पन्नू, ते इह जिहड़ा कहिंदा सी तुहानूं, मैं कहा यार नूं गिफ्ट देता, चंचल नूं इह झोटी देती सीगी, ते चंचल अज झोटी लैण आए वे सीगे। ते बाकी होर चलो यार दोस्त है ना, उत्थे स्कीमां स्कूमां कर लवांगे वी, अज तां टाइम नाल पहुँच गए सी, ਅਤੇ ਅਸੀਂ ਵੀ ਅੱਜ ਥੋੜ੍ਹੇ ਟਾਈਮ ਹੀ ਹੋਇਆ ਮੇਲੇ ਤੋਂ ਪਹੁੰਚੇ ਅੱਜ ਘਰ, ਤਾਂ ਨਾਲ ਲੈ ਲਈ ਸੀ ਛੋਟੀ ਜਿਹੀ ਬਛੇਰੀ, ਤਾਂ ਉਹਦੇ 'ਚ ਵੀ ਮਰਵਾਉਣਿਆਂ ਨੇਗਾ ਆਹ ਖੜੀ ਆ, ਇਹ ਹੈਗੀ 9 ਸਾਢੇ 9 ਮਹੀਨਿਆਂ ਦੀ, ਇਹ ਹੈਗੀ ਆ ਜੀ ਸੂਰਵੀਰ ਦੀ, ਇਹਦਾ ਜਿਹੜਾ ਪਿਓ ਸੀਗਾ ਉਹ ਸੀਗਾ ਸੂਰਵੀਰ, ਅਤੇ ਜਿਹੜੀ ਇਹਦੀ ਮਾਂ ਸੀਗੀ ਉਹ ਸੱਬੋ ਹੈ, ਜਿਹਨੂੰ ਆਪਾਂ ਸੈਕਟਰੀ ਵਾਲੀ ਮੱਝ ਕਹਿ ਦਿੰਦੇ ਹਾਂ, ਇਹ ਸੱਬੋ ਦੀ ਧੀ ਹੈ। ਹੁਣ ਇਹ ਡਰਾਈ ਕਰਤੀ ਅਤੇ ਚੰਚਲ ਦੇ ਘਰ ਚੱਲੂ, ਅਤੇ ਬਾਕੀ ਪਹਿਲਾਂ ਉਹ ਟਾਈਮਾਂ ਦੇ ਵਿੱਚ ਅੱਗੇ ਵੀ ਮੈਂ ਇੱਕ ਦੋ ਵਾਰੀ ਵੀਡੀਓ ਦੱਸਿਆ ਸੀ ਵੀ ਉਦੋਂ ਚਵਾਈ ਦਾ ਕਰੇਜ਼ ਨਹੀਂ ਸੀ, ਉਦੋਂ ਐਂ ਹੁੰਦਾ ਸੀਗਾ ਵੀ ਯਾਰ ਜਿਹੜੀ ਚਵਾਈ ਹੈ ਨਾ ਉਹਦਾ ਵੀ ਆਪਾਂ ਵੱਡੀ ਹੋਈ ਮੱਝ ਦੀ ਕਰਾਉਣੀ ਹੁੰਦੀ ਹੈ। ਉਹ ਤੋਂ ਬਾਅਦ ਹੌਲੀ ਹੌਲੀ ਚਲੋ ਉਹ ਝੋਟੀਆਂ ਸੁੰਗਾਂ ਮੁੜ ਕੇ ਗੇੜ ਆ ਗਿਆ ਵੀ ਯਾਰ ਆਪਾਂ ਪਹਿਲਾਂ ਦੀ ਚਵਾਈ ਕਰਾ ਕੇ ਲੋਕਾਂ ਨੂੰ ਦਿਖਾ ਦਿੰਦੇ ਹਾਂ। ਇਹ ਟਾਈਮ ਦੇ ਵਿੱਚ ਇੱਕ ਇਹਦੀ ਚਵਾਈ ਐਂ ਨਹੀਂ ਕਰਾਈ, ਇਹਦੇ ਨਾਲ ਦੇਣਾ 2 ਝੋਟੀਆਂ ਇਕੱਠੀਆਂ ਸੁੰਗਾਂ ਸੀ ਹੀਰੇ ਵਾਲੀ, ਉਦੋਂ ਉਹਨੂੰ ਅਟੈਕ ਹੋ ਗਿਆ, ਜੋ ਅਟੈਕ ਹੋ ਗਿਆ ਫਿਰ ਉਹ ਝੋਟੀਆਂ ਕੰਨੀ ਧਿਆਨ ਹੀ ਨਹੀਂ ਦਿੱਤਾ ਗਿਆ, ਅਤੇ ਇਹਨੇ ਦੋ 2.5-14 ਦੇ ਲਗਭਗ ਕਹਿ ਸਕਦੇ ਹਾਂ ਆਪਾਂ ਵੀ 15 ਥੋੜ੍ਹਾ ਬਹੁਤਾ ਥੱਲੇ ਰਹਿੰਦਾ ਸੀ, ਕਿਉਂਕਿ ਕੁਛ ਜਦੋਂ ਐਕਸਟਰਾ ਆਪਾਂ ਪਾਉਂਦੇ ਨਹੀਂ ਸੀ ਹੈ ਨਾ, ਵੀ ਜਿਵੇਂ ਆਮ ਖੜਾ ਹੁੰਦਾ ਜਿਵੇਂ ਆਪਾਂ ਕਹਿੰਦੇ ਵੀ ਯਾਰ ਤੀਜੇ ਸਾਲ ਹੀ ਸਾਹਮਣੀ ਹੈ ਵੀ ਅੱਜ ਤਾਂ ਪਹਿਲਾ ਅਸੂ ਆ ਇਹ ਤਾਂ ਜਵਾਕੜੀ ਹੈ, ਤਾਂ ਉਹ ਚੱਕਰਾਂ ਦੇ ਵਿੱਚ ਇਹਦੇ ਪਹਿਲੇ ਸਾਲ ਵੀ ਚਵਾਈ ਨਹੀਂ ਹੋਈ, ਅਤੇ ਹੁਣ ਦੂਜਾ ਸਾਲ ਇਹ ਥੋੜ੍ਹਾ ਜਿਹਾ ਗੱਬਣ ਦੇ ਵਿੱਚ, ਕੰਮ ਧੰਦੇ ਵਾਲੇ ਜ਼ਿਆਦਾ ਸੀਗੇ ਪਹਿਲਾਂ, ਚੈੱਕ ਪਾਸ ਵਾਲਾ ਕੰਮ ਹੋ ਗਿਆ ਅਤੇ ਮੁੜ ਕੇ ਜਦੋਂ ਚੈੱਕ ਕੀਤੀ ਤਾਂ ਖਾਲੀ ਨਿਕਲ ਗਈ, ਤਾਂ ਬਸ ਇਸ ਕਰਕੇ ਥੋੜ੍ਹਾ ਜਿਹਾ ਸਮਾਂ ਲੈ ਗਈ ਇਹ, ਤਾਂ ਅਗਲੀ ਵਾਰ ਨੂੰ ਜਦੋਂ ਦੂਜਾ ਸੂਆ ਸੂ ਅਤੇ ਉਮਰੇ ਦੀ ਹੋ ਜੂਗੀ 5-6 ਸਾਲਾਂ ਦੇ ਲਗਭਗ, ਹੁਣ ਜਦੋਂ ਦੂਜੀ ਵਾਰ ਨੂੰ ਸੂਣਾ ਅਤੇ ਹੁਣ ਹੋ ਗਈ ਹੋਊ ਇਹ 18 ਚਾਰ ਸਾਲਾਂ ਤੋਂ ਉੱਤੇ ਹੋ ਗਈ, ਇਹ 4 ਸਾਲਾਂ ਤੋਂ ਉੱਤੇ ਹੋ ਗਈ, 5-6 ਸਾਲਾਂ ਦੀ ਜਾਂਦੀ ਜਾਂਦੀ ਹੈ ਸੂਕੂ, ਤਾਂ ਯਕੀਨ ਕਰਦੇ ਹਾਂ ਉਮੀਦ ਹੈ ਵੀ ਦੁੱਧ ਇਹ ਵੀ ਬਹੁਤ ਜ਼ਿਆਦਾ ਚੰਗਾ ਕੱਢੂਗੀ ਜਾ ਕੇ, ਹੈ ਨਾ ਵੀ ਪਰਮਾਤਮਾ ਕਿਰਪਾ ਰੱਖੇ, ਜਿਵੇਂ ਪਹਿਲੇ ਸਾਲ ਇਹਦਾ ਚੰਗਾ ਰਿਕਾਰਡ ਸੀ ਨਾ, ਤਾਂ ਇਹ ਵਧੀਆ ਦੁੱਧ ਕੱਢੂ ਕਹਿਣ ਦਾ ਭਾਵ। ਬਾਕੀ ਚੰਚਲ ਨੂੰ ਆਖਿਆ ਵੀ ਹੁਣ ਚੰਚਲ ਦੀ ਅਮਾਨਤ ਹੈ ਬਾਈ, ਵੀ ਚੰਚਲ ਗੌਰ ਦੇ ਨਾਲ ਹੈ ਨਾ ਵੀ ਜਦੋਂ ਬੰਦਾ ਹੁੰਦਾ, ਮੇਰੇ ਕੋਲ ਤਾਂ ਹੁਣ ਪਸ਼ੂ ਵੀ ਜ਼ਿਆਦਾ ਬਾਈ ਥੋੜ੍ਹਾ ਜਿਹਾ ਜਦੋਂ ਹੋ ਜਾਂਦਾ ਨਾ, ਥੋੜ੍ਹਾ ਜਿਹਾ ਸਾਰੇ ਪਸ਼ੂਆਂ 'ਤੇ ਧਿਆਨ ਉਹਨਾਂ ਨਹੀਂ ਦਿੱਤਾ ਜਾਂਦਾ ਹੈ ਨਾ, ਤਾਂ ਮਾੜੇ ਮੋਟੇ ਜਦੋਂ ਇਹ ਗੌਰ ਕਰੂ, ਖੁਦ ਆਪ ਡਾਕਟਰ ਹੈ ਤਾਂ ਵਧੀਆ ਤਸੱਲੀ ਕਰਵਾ ਦੂ ਕਹਿਣ ਦਾ ਭਾਵ, ਇਹ ਦੁੱਧ ਬਹੁਤ ਸੋਹਣਾ ਦੇਣਾ ਇਹਨੇ। ਇਹ ਆਪਣੇ ਲਈ ਇਹਦੀ ਮਾਂ ਜਿਹੜੀ ਉਹ ਵੀ ਮੈਂ ਤੁਹਾਨੂੰ ਮਾੜੀ ਦਿਖਾ ਦਿੰਦਾ, ਇਹਦੀ ਭੈਣ ਕੰਨੀ ਵੀ ਮਰਵਾ ਦਿੰਦਾ ਮਾੜੀ ਜੀ ਤੁਹਾਨੂੰ ਮੈਂ ਵੀਡੀਓ, ਆ ਦੇਖੋ ਜੀ ਇਹਦੀ ਮਾਂ ਕੰਨੀ ਨਿਗਾਹ ਮਾਰੋ, ਇਹ ਖੜੀ ਹੈ ਸੈਕਟਰੀ ਵਾਲੀ, ਇਹ ਕੁਦਰਤ ਕਹਿੰਦਾ ਮੇਲਿਆਂ ਦੇ ਟਾਈਮ 'ਤੇ ਮਗਰਲੀ ਵਾਰ ਵੀ ਇਹਦਾ ਬੱਚਾ ਮਰਿਆ ਅਤੇ ਐਤੀ ਵੀ ਇਹਦਾ ਬੱਚਾ ਮਰਿਆ, ਇਹ ਹੈ। ਅਤੇ ਬਾਕੀ ਇਹਨੇ ਵੀ ਕਰਮ ਵਾਲੀ ਨੇ ਨਾਮ ਬਹੁਤ ਬਣਾਇਆ ਆਪਣਾ, ਇਹਨੇ ਸਭ ਤੋਂ ਵੱਧ ਮੇਲੇ ਜਿੱਤੀ ਵੀ ਆਪਣੇ ਫਾਰਮ ਦੀ ਇਹ ਮੱਝ ਹੈ, ਸਾਰਿਆਂ ਤੋਂ ਵੱਧ ਮੇਲੇ ਜਿੱਤਣ ਵਾਲੀ ਮੱਝ ਹੈ। ਹੁਣ ਮੈਂ ਇਹਦੀ ਛੋਟੀ ਜਿਹੜੀ ਭੈਣ ਆ ਉਹ ਝੋਟੀ ਦੀ ਇਹ ਮਾਂ ਗੀ, ਹੁਣ ਉਹਦੇ 'ਚ ਵੀ ਨਿਗਾਹ ਮਰਵਾਉਣਾ ਤੁਹਾਡੀ, ਨਾਲੇ ਕਾਫੀ ਦਿਨ ਹੋ ਗਏ ਵੀਡੀਓ ਨਹੀਂ ਬਣੀ ਸੀ, ਚੰਚਲ ਵਰ ਗਿਆ ਆਏ ਸੀਗੇ ਅੱਜ ਪੜਦੇ ਥੋੜੇ ਜਿਹੇ ਲੱਗੇ ਵੇ, ਹੁਣ ਥੋੜਾ ਹਨੇਰਾ ਨਾ, ਦੇਖ ਸਕਦੇ ਹੋ ਤੁਸੀਂ ਇਹ ਆ ਗਈ ਲੰਮੋ, ਇਹ ਉਹਦੀ ਭੈਣ ਹੈ। ਫਾਰਮ ਦੀ ਵੀਡੀਓ ਆਪਾਂ ਬਣਾਵਾਂਗੇ ਸਾਰੇ ਐਨੀਮਲਾਂ ਦੀ, ਧੁੱਪੇ ਬਾਹਰ ਵਧੀਆ ਸੈਟਮ ਜਿਹਾ ਬਣਾ ਕੇ ਨਾ ਉਦੋਂ ਬਣਾਵਾਂਗੇ ਸਾਰੇ ਫਾਰਮ ਦੀ ਵੀਡੀਓ। ਲਓ ਜੀ ਇਹਦਾ ਖਾਨਦਾਨ ਜਾਣੀ ਕਿ ਦਿਖਾਇਆ ਸੀ ਵੀ ਪਿਓ ਇਹਦਾ ਸੂਰਵੀਰ ਆ, ਅੰਦਰ ਵਾਲਿਆਂ ਕੋਲ ਆ, ਏ ਬੀ ਸੀ ਵਾਲਿਆਂ ਕੋਲ, ਅਤੇ ਮਾਂ ਇਹਦੀ ਆਪਣੇ ਘਰ ਆ, ਭੈਣ ਵੀ ਇਹਦੀ ਆਪਣੇ ਘਰ ਆ, ਅਤੇ ਇਹ ਵੀ ਆਪਣੇ ਘਰ ਆ ਕਹਿਣ ਦਾ ਭਾਵ, ਯਾਰ ਦੇ ਘਰ ਆ ਆਪਦੇ ਘਰ ਆ ਨਾ, ਕਿਉਂਕਿ ਬਾਹਰ ਦੇਣ ਨੂੰ ਜਾਨਵਰ ਜਿਹੜਾ ਚੰਗਾ ਹੁੰਦਾ ਕੋਈ ਵੀ ਆ ਉਹ ਪਤਾ ਹੁੰਦਾ, ਯਾਰ ਨੂੰ ਪਹਿਲੀ ਪਤਾ ਹੁੰਦਾ ਵੀ ਯਾਰ ਜਦੋਂ ਕੋਈ ਨਾ ਕੋਈ ਜਾਨਵਰ ਵੱਧਦੇ ਆ, ਤੁਹਾਨੂੰ ਮੈਂ ਅੱਗੇ ਵੀ ਦੱਸਿਆ ਜੀ ਜਿਹੜੇ ਚੰਗੇ ਨਹੀਂ ਮਤਲਬ ਉਹ ਆਪਣੇ ਯਾਰ ਦੋਸਤ ਹੀ ਲੈ ਜਾਂਦੇ ਆ ਹੈ ਨਾ, ਕਿਉਂਕਿ ਬਾਹਰ ਕਿਤੇ ਅੱਜ ਤੱਕ ਵੀ ਕਿਸੇ ਵਪਾਰੀ ਨੂੰ ਜਾਂ ਕੋਈ ਦੂਰ ਦਰਾਰ ਉਹ ਗੱਲ ਵੱਖਰੀ ਹੈ ਵੀ ਕੋਈ ਮਿੱਤਰ ਲੈ ਜੇ, ਅਤੇ ਅੱਜ ਤੱਕ ਜਿਹੜੇ ਵੀ ਚੀਜ਼ਾਂ ਦਿੱਤੀਆਂ ਉਹ ਸਾਰੀਆਂ ਯਾਰਾਂ ਨੂੰ ਦਿੱਤੀਆਂ ਹੈ ਨਾ। ਅਤੇ ਇਹਨਾਂ ਨੇ ਜਾ ਕੇ ਹੁਣ ਜਿਹੜਾ ਚੰਚਲ ਦਾ ਨਾਂ ਇਹਨੇ ਅਗਲੇ ਸਾਲ ਜਾ ਕੇ ਬਣਾਉਣਾ ਜੀ ਫੁੱਲ, ਤਾਂ ਚੰਚਲ ਕੁਛ ਕਹਿਣਾ ਚਾਹੁੰਦਾ ਹੈ? ਬਸ ਸਾਰਾ ਕੁਝ ਕਹਿਤਾ ਭਰਾ ਦੇ, ਹਾਂ ਬਸ ਆਪਾਂ ਕਹਿਤਾ ਤੇ ਮਿਹਨਤ ਕਰਾਂਗੇ ਬਿਲਕੁਲ ਬਿਲਕੁਲ ਬਿਲਕੁਲ, ਮਿਹਨਤਾਂ ਨੂੰ ਸਲਾਮੀ ਹੁੰਦੀ ਹੈ ਨਾ, ਜਦੋਂ ਆਪਾਂ ਮਿਹਨਤ ਕਰਨੀ ਕਿਸੇ ਕੰਮ 'ਤੇ ਵੀ
ਇਹਨੇ ਵੀ ਹੈਟ ਹੂਟ ਬਹੁਤ ਕੱਢੀ ਆ, ਗੱਬਣ ਹੈ, ਚੱਕ ਪਾਸ ਹੈ, ਇਹ ਵੀ ਚੈਂਚਲੀ ਕਰਕੇ ਗਿਆ ਸੀ ਹੈ, ਦੋ ਤਿੰਨ ਐਤੀ ਜਦੋਂ ਯਾਰ ਆ ਜਾਂਦਾ ਨਾ ਫਿਰ ਮਾੜਾ ਜਿਹਾ, ਫਿਰ ਡਾਕਟਰੀ ਖਰਚਾ ਘਟਾ ਦੇਈਦੇ, ਜਦੋਂ ਡਾਕਟਰ ਆਉਂਦੇ ਆ ਫਿਰ ਡਾਕਟਰੀ ਖਰਚਾ ਘਟਾ ਦੇਈਦਾ ਫਿਰ ਹਾਂ ਡਾਕਟਰ ਸਾਰੇ ਆਪਣੇ ਕੋਲ ਸਹੀ ਭਰਾ ਮੁਹੱਬਤ ਹੈ ਨਾ ਸਾਰੇ ਭਰਾਵਾਂ ਦੀ, ਅਤੇ ਬਾਕੀ ਜਿਹੜੇ ਆਪਣੀ ਸੰਸਥਾ ਨਾਲ ਸਾਰੇ ਵੀਰ ਹੀ ਜੁੜੇ ਹੈ ਨਾ, ਅਤੇ ਵਧੀਆ ਪ੍ਰੋਸੈਸ ਹੈ, ਅਤੇ ਅਗਲੀ ਵਾਰ ਨੂੰ ਟਾਰਗੇਟ ਹੀ ਆਏ ਹਾਂ ਜਿਹੜਾ ਆਪਾਂ ਮੇਲੇ ਲੱਗਣ ਲਾਏ ਇਸੇ ਕਰਕੇ ਹੀ ਆ, ਅਗਲੀ ਵਾਰ ਨੂੰ ਇਦੋਂ ਵੀ ਵਧੀਆ ਮੇਲਾ ਅਤੇ ਵੱਡਾ ਮੇਲਾ, ਅਤੇ ਉਦੋਂ ਵੀ ਜ਼ਬਰਦਸਤ ਕਹਿਣ ਦਾ ਭਾਵ ਕਰਾਇਆ ਕਰਾਂਗੇ ਆਪਾਂ ਰਲ ਕੇ, ਉਹ ਮੇਲਾ ਕਰਾਉਣ ਦਾ ਫਾਇਦਾ ਬਸ ਇਹੀ ਹੈ ਵੀ ਜਿਹੜੇ ਆਪਣੇ ਆਮ ਪਸ਼ੂ ਪਾਲ ਕੇ ਉਹਨਾਂ ਨੂੰ ਫਾਇਦਾ ਮਿਲੇ, ਉਹ ਦੇਖਣ ਵੀ ਮੇਲੇ 'ਚ ਕਿਹਨੇ ਦੁੱਧ ਕੱਢਿਆ, ਕਿਹੜੀ ਜੁੱਤੀ, ਕਿਹੜੀ ਸੋਹਣੀ ਹੈ, ਤਾਂ ਨਵੇਂ ਮੁੰਡਿਆਂ ਨੂੰ ਕਰੇਜ ਪੈਂਦਾ, ਨਵੇਂ ਫਾਰਮ ਜਦੋਂ ਰੱਖਣਗੇ ਪਸ਼ੂ, ਨਵੇਂ ਮੁੰਡੇ ਕੰਮ ਕਰਨਗੇ, ਅਤੇ ਉਸੇ ਨਾਲ ਹੀ ਸਾਨੂੰ ਖੁਸ਼ੀ ਮਿਲੂ, ਠੀਕ ਹੈ, ਬਸ ਇਹੀ ਸਾਡਾ ਹੈਗਾ ਮੇਲੇ ਕਰਾਉਣ ਦਾ, ਵੀ ਆਮ ਭਰਾਵਾਂ ਨੂੰ ਨਾਲ ਜੋੜਨਾ, ਆਮ ਭਰਾਵਾਂ ਨੂੰ ਦੱਸਣਾ ਬਰੀਡਿੰਗ ਬਾਰੇ, ਹੈ ਨਾ, ਠੀਕ ਹੈ ਵੀਰੇ, ਸਤਿ ਸ਼੍ਰੀ ਅਕਾਲ, ਧੰਨਵਾਦ ਸਾਰਿਆਂ ਦਾ, ਵੱਧ ਤੋਂ ਵੱਧ ਕਰਿਆ ਕਰੋ ਸ਼ੇਅਰ।